ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 25 ਫਰਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 25 ਫਰਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਸ ਨੇ ਹਾਲ ਹੀ ਵਿੱਚ ਭਾਰਤ ਦਾ ਸਭ ਤੋਂ ਵੱਡਾ ਡਰੋਨ ਪਾਇਲਟ ਸਿਖਲਾਈ ਸੰਸਥਾ ਸ਼ੁਰੂ ਕੀਤਾ ਹੈ ਹਾਂਜੀ ਭਾਰਤ ਦਾ ਸਭ ਤੋਂ ਵੱਡਾ ਡਰੋਨ ਪਾਇਲਟ ਸਿਖਲਾਈ ਸੰਸਥਾ ਸ਼ੁਰੂ ਕੀਤੀ ਆ IIT ਗੁਹਾਟੀ ਨੇ অপਸ਼ਨ ਨੰਬਰ B ਇਜ਼ ਆ ਰਾਈਟ ਆਂਸਰ ਹੁਣ IIT ਦੀ ਗੱਲ ਆ ਤਾਂ ਉੱਤਰ ਪ੍ਰਦੇਸ਼ ਦੇ ਬਿਹਤਰ ਆਫਤ ਪ੍ਰਬੰਧਨ ਲਈ ਆਈਆਈਟੀ ਰੁੜਕੀ ਨਾਲ ਸਮਝੌਤਾ ਕੀਤਾ ਆਈਆਈਟੀ ਗੁਹਾਟੀ ਨੇ ਹੰਤ ਸਿਹਤ ਦੇਖਭਾਲ ਲਈ ਸਵਾਸਥਾ ਪ੍ਰੋਜੈਕਟ ਦਾ ਉਦਘਾਟਨ ਕੀਤਾ ਭਾਰਤੀ ਜਲ ਸੈਨਾ ਨੇ ਨਵੀਨਤਾ ਅਤੇ ਖੋਜ ਲਈ IIT ਕਾਂਪੂਰ ਨਾਲ ਸਮਝੌਤਾ ਕੀਤਾ IIT ਰੋਪੜ ਦੇ ਖੋਜਕਰਤਾਵਾਂ ਨੇ ਸਤਲੁਜ ਵਿੱਚ ਟੈਟਾਲਮ ਇੱਕ ਦੁਰਲੱਭ ਧਾਤ ਦੀ ਖੋਜ ਕੀਤੀ ਨੈਕਸਟ ਹੈ ਜੀ ਹਾਲ ਹੀ ਵਿੱਚ ਭਾਰਤ ਦੀ ਪਹਿਲੀ ਮਹਿਲਾ ਪਿੱਚ ਕਿਊਰੇਟਰ ਕੌਣ ਬਣੀ ਹੈ ਹਾਂਜੀ ਭਾਰਤ ਦੀ ਪਹਿਲੀ ਮਹਿਲਾ ਪਿੱਚ ਕਿਊਰੇਟਰ ਬਣੀ ਆ ਜਸ ਜਸਿੰთა ਕਲਿਆਣ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਇਹ ਭਾਰਤ ਦੀ ਪਹਿਲੀ ਮਹਿਲਾ ਪਿੱਚ ਕਿਊਰੇਟਰ ਬਣੀ ਆ ਨੈਕਸਟ ਹੈ ਜੀ ਹਾਲ ਹੀ ਵਿੱਚ ਦੇਸੀ 레이జర్ ਹਥਿਆਰ ਦੁਰਗਾ 2 ਦਾ ਪ੍ਰੀਖਣ ਕੌਣ ਕਰੇਗਾ ਹਾਂ ਜੀ ਦੇਸੀ 레이జర్ ਹਥਿਆਰ ਜਿਸ ਦਾ ਨਾਮ ਆ ਦੁਰਗਾ 2 ਇਸ ਦਾ ਸਫਲ ਪ੍ਰੀਖਣ ਕਰੇਗਾ ਡੀ ਆਰ ਡੀਓ ਜਿਸ ਦੀ ਫੁੱਲ ਫਾਰਮ ਆ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ 1959 ਦੇ ਵਿੱਚ ਹੋਈ ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਸਮੀਰ ਵੀ ਕਾਮਤ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਫਿਨਟੈਕ ਐਡਵਾਂਸਮੈਂਟ ਲਈ ਕਿਸ ਰਾਜ ਨੂੰ 23 ਮਿਲੀਅਨ ਡਾਲਰ ਦਾ ਫੰਡ ਦਿੱਤਾ ਹੈ ਹਾਂਜੀ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਫਿਨਟੈਕ ਐਡਵਾਂਸਮੈਂਟ ਲਈ ਗੁਜਰਾਤ ਰਾਜ ਨੂੰ 23 ਮਿਲੀਅਨ ਡਾਲਰ ਦਾ ਫੰਡ ਦਿੱਤਾ অপਸ਼ਨ B ਇਸ ਆ ਰਾਈਟ ਆਨਸਰ ਗੁਜਰਾਤ ਹੁਣ ਗੁਜਰਾਤ ਨੂੰ ਫੰਡ ਮਿਲਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਆ ਗਾਂਦੀਨਗਰ ਚੀਫ ਮਿਨਿਸਟਰ ਆ ਭੁਪੇਂਦਰਾ ਰਜਨੀਕਾਂਤ ਪਟੇਲ ਅਤੇ ਗਵਰਨਰ ਆ ਆਚਾਰੀਆ ਦੇਵਰਾਤ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਕ ਆ ਬਸੰਦਾ ਨੈਸ਼ਨਲ ਪਾਰਕ ਆ ਬਲੈਕਬੱਕ ਨੈਸ਼ਨਲ ਪਾਰਕ ਗੁਜਰਾਤ ਰਾਜ ਦੀ ਤਟ ਰੇਖਾ ਸਭ ਤੋਂ ਵੱਡੀ ਆ ਪੰਛੀਆਂ ਦੀ ਪ੍ਰਸਿੱਧ ਰਖਨਾਲ ਸਰੋਵਰ ਗੁਜਰਾਤ ਦੇ ਵਿੱਚ ਨੈਕਸਟ ਹੈ ਜੀ ਰਾਜਕੋਟ ਸਟੇਡੀਅਮ ਦਾ ਨਾਮ ਨਿਰੰਜਨ ਸ਼ਾਹ ਦੇ ਨਾਂ ਤੇ ਰੱਖਿਆ ਗਿਆ ਤੇ ਗੁਜਰਾਤ ਦੇ ਫਲ ਕੱਚੀ ਖਾਰੇਖ ਨੂੰ ਜੀਆਈ ਟੈਗ ਮਿਲਿਆ ਕਿਉਂਕਿ ਅਸੀਂ ਗੁਜਰਾਤ ਦੀ ਗੱਲ ਕਰ ਰਹੇ ਹਾਂ ਗੁਜਰਾਤ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਜਸਟਿਸ ਸੋਨੀਆ ਗੋਕਾਨੀ ਗੁਜਰਾਤ ਹਾਈ ਕੋਰਟ ਦੀ ਚੀਫ ਜਸਟਿਸ ਬਣੀ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ ਅਹਮਦਾਬਾਦ ਵਿੱਚ ਆਯੋਜਿਤ ਕੀਤਾ ਗਿਆ ਤੇ ਰਾਜਕੋਟ ਸਟੇਡੀਅਮ ਦਾ ਨਾਮ ਨਿਰੰਜਨ ਸਾਹ ਦੇ ਨਾਮ ਤੇ ਰੱਖਿਆ ਗਿਆ ਗੁਜਰਾਤ ਦੇ ਫਲ ਕੱਚੀ ਖਾਰੇਕ ਨੂੰ ਜੀਆਈ ਟੈਗ ਮਿਲੀਆ ਭਾਰਤ ਦਾ ਸਭ ਤੋਂ ਵੱਡਾ ਥੀਏਟਰ ਫੈਸਟੀਵਲ ਭਾਰਤ ਰੰਗ ਮਹਾਉਤਸਵ ਗੁਜਰਾਤ ਦੇ ਕਕਸ਼ ਦੇ ਵਿੱਚ ਸ਼ੁਰੂ ਹੋਇਆ ਦੱਖਣੀ ਕੋਰੀਆ ਦੀ ਕੰਪਨੀ ਸਿਮਟੈਕ ਸਾਨੰਦ ਗੁਜਰਾਤ ਵਿੱਚ ਸੈਮੀ ਕੰਡਕਟਰ ਪਲਾਂਟ ਸਥਾਪਿਤ ਕਰੇਗੀ ਤੇ ਐਨਐਚਪੀਸੀ ਗੁਜਰਾਤ ਵਿੱਚ ਕੁੱਪਾ ਹਾਈਡਰੋ ਸਟੋਰੇਜ ਪ੍ਰੋਜੈਕਟ ਦਾ ਨਿਰਮਾਣ ਕਰੇਗੀ ਨੈਕਸਟ ਹੈ ਕਿ ਸੁਨੇਹਾਲੀ ਵਿੱਚ ਨਾਰਥ ਈਸਟ ਯੂਥ ਫੈਸਟੀਵਲ 2024 ਦੇ ਲੋਗੋ ਦਾ ਉਦਘਾਟਨ ਕੀਤਾ ਨਾਰਥ ਈਸਟ ਯੂਥ ਫੈਸਟੀਵਲ 2024 ਦੇ ਲੋਗੋ ਦਾ ਉਦਘਾਟਨ ਕੀਤਾ ਵਾ ਜੀ ਸਾਡੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ অপਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਨਾਰਥ ਈਸਟ ਯੂਥ ਫੈਸਟੀਵਲ 2024 ਦਾ ਲੋਗੋ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਸ਼ਾਂਤੀ ਅਤੇ ਸਮਝ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਸ਼ਾਂਤੀ ਅਤੇ ਸਮਝ ਦਿਵਸ ਦੁਨੀਆ ਭਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸਮਝ ਦੇ ਜ਼ੋਰ ਦੇਣ ਦੇ ਲਈ ਹਰ ਇੱਕ ਸਾਲ 23 ਫਰਵਰੀ ਨੂੰ ਵਿਸ਼ਵ ਸ਼ਾਂਤੀ ਅਤੇ ਸਮਝ ਦਿਵਸ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਹਾਲ ਹੀ ਵਿੱਚ ਟੈਸਟ ਕ੍ਰਿਕਟ ਵਿੱਚ ਇੰਗਲੈਂਡ ਖਿਲਾਫ 100 ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਕੌਣ ਬਣਿਆ ਹੈ ਹਾਂਜੀ ਟੈਸਟ ਕ੍ਰਿਕਟ ਵਿੱਚ ਇੰਗਲੈਂਡ ਖਿਲਾਫ 100 ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣਿਆ ਕੌਣ ਬਣਿਆ ਪਹਿਲੇ ਭਾਰਤੀ ਗੇਂਦਬਾਜ਼ ਬਣਿਆ ਜੀ ਆਰ ਅਸ਼ਵਿਨ অপশন নাম্বার সি ইজ আ রাইট आंसर ਹੁਣ ਅਸੀਂ ক্রিকেট ਦੀ ਗੱਲ ਕੀਤੀ ਆ ਤਾਂ ক্রিকেট ਨਾਲ ریلیਟਡ ਜਿੰਨੇ ਵੀ ਇੰਪੋਰਟੈਂਟ ਫੈਕਟ ਮੈਂ ਤੁਹਾਨੂੰ ਡੇਲੀ ਕਰਵਾਉਣੀ ਆ ਉਹਨਾਂ ਨੂੰ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਹਾਂਜੀ ਸਰਕਾਰ ਵੱਲੋਂ ਹਾਲ ਹੀ ਵਿੱਚ ਵਿਜੀਲੈਂਸ ਕਮਿਸ਼ਨਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਸਰਕਾਰ ਵੱਲੋਂ ਵਿਜੀਲੈਂਸ ਕਮਿਸ਼ਨਰ ਵਜੋਂ ਅਪਾਇੰਟ ਹੋਏ ਆ ਏ ਐਸ ਰਾਜੀਵ অপশন নাম্বার বি ইজ দা রাইট आंसर ए एस राजीव विजिलেন্স কমিশনার ਵਜੋਂ ਨਿਯੁਕਤ ਕੀਤੇ ਗਏ ਹਨ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਉਹ ਪਿੰਦਰ ਦਿਵੇਦੀ ਨੇ ਥਲ ਸੈਨਾ ਦੇ ਉਪ ਮੁਖੀ ਦਾ ਹੰਦ ਸੰਭਾਲਿਆ ਨਵਾਫ ਸਲਾਮ ਨੂੰ ਆਈ ਸੀ ਜੇ ਦਾ ਪ੍ਰਧਾਨ ਚੁਣਿਆ ਗਿਆ ਨਿਖਲ ਜੋਸ਼ੀ ਬੋਇੰਗ ডিফেন্স ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਬਣੇ ਵਰੀਂਦਰ ਬਾਂਸਰ ਨੂੰ SBI ਕੈਪੀਟਲਜ਼ ਮਾਰਕੀਟ ਦਾ ਨਵਾਂ MD ਅਤੇ CEO ਚੁਣਿਆ ਗਿਆ। ਦੱਖਣੀ ਰੇਲਵੇ ਦੀ ਪਹਿਲੀ ਟਰਾਂਸਮੂਵਮੈਂਟ TTE ਸਿੰਧੂ ਗਣਪਤੀ ਨੂੰ ਚੁਣਿਆ ਗਿਆ। ਨਰੇਂਦਰ ਕੁਮਾਰ ਜਾਦਾ ਫਿਟ ਇੰਡੀਆ ਮੂਵਮੈਂਟ ਦੇ ਬ੍ਰਾਂਡ ਅਵੇਜ਼ਰ ਬਣੇ। ਨੈਕਸਟ ਹੈ ਤ੍ਰਿਪੱਖੀ ਅਭਿਆਸ ਦੋਸਤੀ 16 ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹੈ। ਤ੍ਰਿਪੱਖੀ ਅਭਿਆਸ ਦੋਸਤੀ 16 ਹਾਲ ਹੀ ਵਿੱਚ ਸ਼ੁਰੂ ਹੋਇਆ ਮੰਗੋਲੀਆ ਸੌਰੀ 몰ਦੀਪ ਦੇ ਵਿੱਚ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ 몰ਦੀਪ ਦੇ ਵਿੱਚ ਤ੍ਰਿਪੱਖੀ ਅਭਿਆਸ ਸ਼ੁਰੂ ਹੋਇਆ ਜਿਸ ਦਾ ਨਾਮ ਆ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਦੋਸਤੀ 16 ਹੁਨੇ 몰ਦੀਪ ਵਿੱਚ ਸ਼ੁਰੂ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ 몰ਦੀਪ 몰ਦੀਪ ਦੀ ਕੈਪੀਟਲ ਆ ਮਾਲੇਕ ਕ੍ਰਾਂਸੀ ਆ 몰ਦੀਵੀਅਨ ਰੁਪਏ ਆ ਪ੍ਰੈਜ਼ੀਡੈਂਟ ਆ ਮੁਹਮਮਦ ਮੋਇਜ਼ੂ 몰ਦੀਪ ਭਾਰਤ ਨਾਲ ਹਾਈਡਰੋਗ੍ਰਾਫਿਕ ਸਰਵੇ ਐਗਰੀਮੈਂਟ ਨੂੰ ਖਤਮ ਕਰੇਗਾ ਭਾਰਤ 몰ਦੀਪ ਨੂੰ ਸੈਨਿਕਾਂ ਦੀ ਵਜਾਇ ਤਕਨੀਕੀ ਸਟਾਫ ਭੇਜੇਗਾ ਰਿਲਾਇੰਸ ਜੀਓ ਨੇ 몰ਦੀਪ ਨੂੰ ਹਾਈ ਸਪੀਡ ਆਪਟਿਕਲ ਫਾਈਬਰ ਕੇਬਲ ਨਾਲ ਜੋੜਨ ਦਾ ਕੰਮ ਪੂਰਾ ਕੀਤਾ 몰ਦੀਪ ਵਿੱਚ ਏਸ਼ੀਆ ਸਰਫਿੰਗ ਚੈਂਪੀਅਨਸ਼ਿਪ ਕਰਵਾਈ ਗਈ ਮਾਲਦੀਵ ਵਿੱਚ ਕੋਲੰਬੋ ਸੁਰੱਖਿਆ ਸੰਮੇਲਨ ਦੀ 7ਵੀਂ ਡਿਪਟੀ ਐਨਐਸਏ ਮੀਟਿੰਗ ਹੋਈ ਨੈਕਸਟ ਹੈ ਕਿਸ ਰਾਜ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਜੋਸੀ ਦਾ ਹਾਲ ਹੀ ਵਿੱਚ ਦੇ ਹਾਤ ਹੋਇਆ ਹਾਂਜੀ ਮਨੋਹਰ ਜੋਸੀ ਇਹ ਸਾਬਕਾ ਮੁੱਖ ਮੰਤਰੀ ਸੀ ਮਹਾਰਾਸ਼ਟਰ ਦੇ ਤੇ ਹੁਣ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਆ ਹੁਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਆ ਮੁੰਬਈ ਚੀਫ ਮਿਨਿਸਟਰ ਆ ਇਕਨਾਤ ਸ਼ਿੰਦੇ ਗਵਰਨਰ ਆ ਰਮੇਸ਼ ਬਿਆਸ ਮਹਾਰਾਸ਼ਟਰ ਦੇ ਵਿੱਚ ਗੁਗਾਮਲ ਨੈਸ਼ਨਲ ਪਾਰਕ ਆ ਬੋਰੀਬਲੀ ਨੈਸ਼ਨਲ ਪਾਰਕ ਆ ताडोबा नेशनल पार्क का चंदोली नेशनल पार्क का संजय गांधी नेशनल पार्क का नवेगांव नेशनल पार्क का तानसा वाइल्डलाइफ सेंचुरी या लोनार तली ओजानी डैम जैकबाडी डैम कोयना डैम भारत ਵਿੱਚ ਮੂਫਲੀ ਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਵਿੱਚ ਹੁੰਦਾ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ ਤੇ ਮਹਾਰਾਸ਼ਟਰ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਲਈ ਗੂਗਲ ਨਾਲ ਸਮਝੌਤਾ ਕੀਤਾ ਮਹਾਰਾਸ਼ਟਰ ਸਰਕਾਰ ਨੇ ਮੁੱਖ ਮੰਤਰੀ ਤਰੀ ਵਾਇੋਸ਼ਰੀ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ 나सिक ਵਿੱਚ 27ਵਾਂ ਰਾਸ਼ਟਰੀ ਯੁਵਕ ਮੇਲਾ ਕਰਵਾਇਆ ਗਿਆ ਰਸ਼ਮੀ ਸ਼ੁਕਲਾ ਮਹਾਰਾਸ਼ਟਰ ਪੁਲਿਸ ਦੇ ਨਵੇਂ ਡੀਜੀਪੀ ਬਣੇ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੀ ਨਿਜੀ ਕੰਪਨੀ ਨੇ ਚੰਦਰਮਾ ਤੇ ਪਹਿਲਾ ਵਪਾਰਕ ਪੁਲਾੜ ਯਾਨ ਉਤਾਰ ਕੇ ਇਤਿਹਾਸ ਰਚਿਆ ਹੈ ਹਾਂਜੀ ਚੰਦਰਮਾ ਤੇ ਪਹਿਲਾ ਵਪਾਰਕ ਪੁਲਾੜ ਯਾਨ ਉਤਾਰ ਕੇ ਇਤਿਹਾਸ ਰਚਿਆ ਵਾ ਕਿਹੜੇ ਦੇਸ਼ ਦੀ ਕੰਪਨੀ ਨੇ ਰਚਿਆ ਅਮਰੀਕਾ ਨੇ ਠੀਕ ਹੈ ਅਮਰੀਕਾ ਪੁਲਾੜ ਏਜੰਸੀ ਨਾਸਾ ਇਸ ਦੀ ਮਦਦ ਨਾਲ ਅਮਰੀਕਾ ਦੀ ਇੱਕ ਨਿਜੀ ਕੰਪਨੀ ਹਿਊਸਰਟਨਸ ਦਾ ਐਰੋਸਪੇਸ ਕੰਪਨੀ ਇੰਟੂਟਿਵ ਮਸ਼ੀਨਾ ਦੀ ਅਗਵਾਈ ਵਾਲੇ ਨਾਸਾ ਦੇ ਨਿਜੀ ਮਿਸ਼ਨ 1 ਆਈ ਐਮ 1 ਦੀ ਅਗਵਾਈ ਕੀਤੀ ਹੈ ਨੇ ਤੇ ਇਹਦੀ ਸਫਲਤਾਪੂਰਵਕ ਲੈਂਡਿੰਗ ਕਰਵਾਈ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਅਮਰੀਕਾ ਦੀ ਗੱਲ ਆ ਤਾਂ ਅਮਰੀਕਾ ਦੀ ਕੈਪੀਟਲ ਆ ਵਾਸ਼ਿੰਗਟਨ ਡੀਸੀ ਕਰੰਸੀ ਆ ਅਮਰੀਕਨ ਡਾਲਰ ਪ੍ਰੈਜ਼ੀਡੈਂਟ ਆ ਜੋ ਬਾਈਡਨ ਅਮਰੀਕਾ ਨੇ ਭਾਰਤ ਨੂੰ 31 ਪ੍ਰੀਡੇਟਰ ਡਰੋਨਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਆ ਅਮਰੀਕਾ ਸਟਾਰਟਅਪ ਫੰਡਿੰਗ ਗਲੋਬਲ ਰੈਂਕਿੰਗ 2023 ਵਿੱਚ ਟੌਪ ਤੇ ਰਿਹਾ ਭਾਰਤ ਤੇ ਅਮਰੀਕਾ ਵਿੱਚ ਘਾਰ ਸੰਜੋਗ ਤਵੀ ਆਸ ਬਜਰਾ ਪ੍ਰਹਾਰ ਉਮਰੋਈ ਵਿੱਚ ਹੋਇਆ ਅਮਰੀਕਾ ਫਿਨਟੈਕ ਯੂਨੀਕ੍ਰੋਨ ਦੇ ਮਾਮਲੇ ਵਿੱਚ ਟੌਪ ਤੇ ਰਿਹਾ ਮੈਰੀ ਇੰਗਲੈਂਡ ਵਿੱਚ ਭਾਰਤ ਤੋਂ ਬਾਹਰ ਡਾਕਟਰ ਪੀਮਰਾਓ ਅੰਬੇਡਕਰ ਦੀ ਸਭ ਤੋਂ ਵੱਡੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਨਿਰਿੰਦਰ ਨਰਾਇਣ ਜਾਦਵ ਕਿਸ ਰਾਜ ਦੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੁਣੇ ਗਏ ਹਨ ਹਾਂਜੀ ਨਿਰਿੰਦਰ ਨਰਾਇਣ ਜਾਦਵ ਇਹ ਵਿਹਾਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੁਣੇ ਗਏ অপਸ਼ਨ B ਇਸ ਆ ਰਾਈਟ ਆਨਸਰ ਵਿਹਾਰ ਉਨ ਵਿਹਾਰ ਦੇ ਡਿਪਟੀ ਸਪੀਕਰ ਚੁਣੇ ਗਏ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵਿਹਾਰ ਵਿਹਾਰ ਦੀ ਕੈਪੀਟਲ ਅ ਪਟਨਾ ਚੀਫ ਮਿੰਸਟਰ ਨਿਤਿਸ਼ ਕੁਮਾਰ ਗਵਰਨਰ ਰਜਿੰਦਰ ਵਿਸ਼ਵਨਾਥ ਆਰਲੇਕਰ ਵਿਹਾਰ ਦੇ ਵਿੱਚ ਵਾਲਮੀਕੀ ਨੈਸ਼ਨਲ ਪਾਰਕਾ ਵਿਹਾਰ ਦਾ ਸਥਾਪਨਾ ਦਿਵਸ 22 ਮਾਰਚ ਨੂੰ ਮਨਾਇਆ ਜਾਂਦਾ 22 ਮਾਰਚ 1912 ਨੂੰ ਅੰਗਰੇਜ਼ਾਂ ਨੇ ਬੰਗਾਲ ਤੋਂ ਲੱਗ ਕਰਕੇ ਵਿਹਾਰ ਇੱਕ ਨਵਾਂ ਰਾਜ ਬਣਾਇਆ ਸੀ ਵਿਹਾਰ ਵਿੱਚ ਤਿੰਨ ਰੋਜ਼ਾਂ ਨਾਗੀ ਵਰਲਡ ਫੈਸਟੀਵਲ ਸ਼ੁਰੂ ਹੋਇਆ ਆ ਆਨੰਦ ਕਿਸ਼ੋਰ ਜਾਦਵ ਨੂੰ ਵਿਹਾਰ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਦੇਸ਼ ਦਾ ਪਹਿਲਾ ਤਾਂਬੇ ਵਾਲਾ ਬਾਪੂ ਟਾਵਰ ਗਾਰਡੀਅਨ ਬਾਗ ਵਿੱਚ ਪਟਨਾ ਦੇ ਵਿੱਚ ਬਣਾਇਆ ਗਿਆ ਵਿਹਾਰ ਨੂੰ ਕੋਪ 28 ਵਿਖੇ ਨਵੀਂ ਆਉਣ ਯੋਗ ਯਤਨਾਂ ਲਈ ਅੰਤਰਰਾਸ਼ਟਰੀ ਸਨਮਾਨ ਮਿਲਿਆ ਦੇਖੋ ਇੱਕ ਮੈਂ ਹੁਣ ਤੁਹਾਨੂੰ ਕਰਵਾਇਆ विद ਮੈਂ ਹੁਣ ਗੱਲ ਕੀਤੀ ਆ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਾਰੇ ਤੇ ਸਪੀਕਰ ਕੌਣ ਬਣਿਆ ਆਨੰਦ ਕਿਸ਼ੋਰ ਜੱਜਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਦੋਨਾਂ ਦੇ ਵਿੱਚ ਫਰਕ ਆ ਨੈਕਸਟ ਹੈ ਹਾਲ ਹੀ ਵਿੱਚ ਗਲੋਬਲ ਬਿਜ਼ਨਸ ਕਨਕਲੇਵ ਮਹਾਵਿਜ 2024 ਕਿੱਥੇ ਆਯੋਜਿਤ ਕੀਤੀ ਗਈ ਹਾਂਜੀ ਗਲੋਬਲ ਬਿਜ਼ਨਸ ਕਨਕਲੇਵ ਮਹਾਵਿਜ 2024 ਆ ਜਿਹੜੀ ਇਹ ਦੁਬਈ ਦੇ ਵਿੱਚ ਆਯੋਜਿਤ ਕੀਤੀ ਗਈ ਆ ਤੇ ਗਲੋਬਲ ਬਿਜ਼ਨਸ ਕਨਕਲੇਵ ਆਇਕਾ ਠੀਕ ਹੈ অপশন নাম্বার সি ইজ দা রাইট আনসার দুবাই हां जी ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ